दूध पान जा रहे दोधी नू कुचल गया वाहन, सिर उपर दी लंघे टायर, मौके ते ही होई नौजवान दी मौत। दादी के एक भयानक सड़क हादसा होया जिस दे विच एक नौजवान दी मौत हो गई है। मिली जानकारी अनुसार नौजवान दोधी सी ते दूध पाउण लई जा रहा सी ते किसे अणपछाते वाहन ने उस नू टक्कर मार दिती ते चपेट च आउण नाल उसका सिर कुचलिया जांदा है ते मौके ते ही मौत हो जांदी है अते जिस तों बाद अणपछाता चालक मौके तों फरार हो जांदा है। पुलिस नूं इसकी सूचना दी जाती है ते पुलिस ने लाश नूं कब्जे दे विच लैके पोस्टमार्टम दे लई भिजवा दिता है ते हुण मामले की जांच की जा रही है ते अणपछाते वाहन के चालक ते मामला दर्ज कर लिया है। दस्सदे कि मामला अबोहर दा जिथे फाजिलका मार्ग नज़दीक एक हादसा होया जिस दे विच 28 साल नौजवान जिसका नाम सुंदर दस्सिया जा रहा उसकी मौत हो गई जिथे अणपछाते वाहन ने नौजवान का सिर कुचल दिता ते मौके तो फरार हो जाता है। दस्सदे कि नौजवान दुध वेचण का काम करता सी ते ओह किसे दे घर दुध पहुँच जा रहा सी तां ओह रोड ते बने जद ओवरब्रिज ते चढ़न लगता है तो उस समय हादसा हो जाता है जिस नाल उसकी जान चली जाती है। इस संबंधी पुलिस ने दस्सिया कि मृतक के भाई के बयान के आधार से अणपछाते वाहन से मामला दर्ज कर लिया गया ते हुण इस मामले दे विच सीसीटीवी फुटेज की भाल की जा रही है। सर मेरे पिंड का लड़का सीगा सुंदर कुमार दुध लैके हबोर जा रहा सीगा ते पुल दे उत्ते एक्सीडेंट होया जी, ट्राला आया पिछों, उन्हें कोई साइड मारी आ ते मौके ते असीं पहुंचे आ, देखिया जाके कुछ दूर तक घसीड़ दा लै गया भाई जी, उस तो बाद उहदा सिर मतलब आ गया ट्राले दे थले ते मौके ते मौत हो गई है। की नाम सीगा, किहड़े पिंड दा सी? पिंड डंगर खेड़े दा जी, सुंदर कुमार। मोटरसाइकिल दुध काम करता, दुध लेके होर जा रहा डंगर खेड़े तो सुबह सर ट्रैफिक बहुत ज्यादा हुंदा, वो ट्रैफिक ज्यादा करके ही ये काम होया, पुल थोड़ा जा तंग भीड़ा उस करके। टक्कर वजी है, मौके ते हांजी सर टायर थले आ गया सर, मौके ते 30 साल दी उम्र सर। ਭਾਜੀ ਅੱਜ ਸਵੇਰ 9:15 ਦਾ ਟਾਈਮ ਸੀਗਾ, ਓਵਰਬ੍ਰਿਜ ਡੰਗਰ ਖੇੜਾ ਬੋਰ ਰੈਡ, ਉੱਥੇ ਨਾ ਇੱਕ ਐਕਸੀਡੈਂਟ ਹੋ ਗਿਆ ਸੀਗਾ ਜੀ। ਮੁੰਡਾ ਦੁੱਧ ਦਾ ਕੰਮ ਕਰ ਰਿਹਾ, ਦੁੱਧ ਲੈ ਕੇ ਜਾ ਕੇ ਬੋਰ ਨੂੰ ਜਾ ਰਿਹਾ ਸੀ ਵੇਚਣ ਵਾਸਤੇ, ਤੇ ਪਿੱਛੋਂ ਦੀ ਕੋਈ ਟਰੱਕ ਟਰਾਲਾ ਗਿਆ ਵਾ, ਧੁੰਦ ਬਹੁਤ ਜ਼ਿਆਦਾ ਸੀ ਜਿਹਦੇ ਬਾਰੇ ਨਹੀਂ ਪਤਾ ਲੱਗਿਆ ਵੀ ਕੌਣ ਸੀਗਾ ਟਰਾਲੇ ਵਾਲਾ, ਉਹ ਜੋ ਸਾਈਡ ਵੱਜੀ ਨਾਲ ਘੜੀਸਣ ਲੱਗ ਪਿਆ ਮੋਟਰਸਾਈਕਲ ਜੀ, ਘੜੀਸਦੇ ਜਾ ਕੇ ਮੋਟਰਸਾਈਕਲ ਡਿੱਗ ਗਿਆ ਥੱਲੇ ਜੀ, ਮੁੰਡਾ ਵੀ ਡਿੱਗ ਗਿਆ ਔਰ ਟਰੱਕ ਦੇ ਜਿਹੜੇ ਟਾਇਰ ਸਿਰ ਦੇ ਉੱਪਰ ਦੀ ਗੁਜ਼ਰ ਗਏ, ਮੌਕਾ ਤੇ ਮੌਤ ਹੋ ਗਈ ਸੀ ਉਹਦੀ। ਉਹਦੇ ਖਿਲਾਫ ਮਦਈ ਦਾ ਬਿਆਨ ਲਿਖਿਆ ਉਹਦੇ ਭਾਈ ਦਾ, ਤੇ ਟਰੱਕ ਟਰਾਲਾ ਨਾ ਮਲੂਮ ਨੰਬਰ ਖਿਲਾਫ ਦੇ ਅਗੇਂਸਟ ਦੀ FIR ਲੌਜ ਕਰਤੀ ਹੈ, ਤਫਤੀਸ਼ ਕਰਕੇ ਅਗਲੀ ਕਾਰਵਾਈ ਕਰਾਂਗੇ, ਕੈਮਰੇ ਵਗੈਰਾ ਚੈੱਕ ਕਰਦੇ ਹਾਂ ਵੀ ਕੌਣ ਸੀ ਟਰੱਕ ਟਰਾਲੇ ਵਾਲਾ, ਕੌਣ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਸੀ? ਇਹ ਨੌਜਵਾਨ ਡੰਗਰ ਖੇੜੇ ਦਾ ਸੀਗਾ ਜੀ, ਇਹਦਾ ਨਾਮ ਹੈਗਾ ਆਪਣਾ ਸੁੰਦਰ ਕੁਮਾਰ ਆ ਜੀ। 28-29 ਸਾਲ ਦੇ ਗਰੀਬ ਉਮਰ ਇਹਦੀ, ਦੁੱਧ ਵੇਚ ਰਿਹਾ ਸੀ, ਦੁੱਧ ਦਾ ਕੰਮ ਕਰਦਾ। ਕਿੰਨੇ ਕੋਈ ਵਿਆਹ ਵੀ ਹੁਣੇ ਹੀ ਹੋਇਆ ਸੀਗਾ? ਹਾਂ ਥੋੜਾ ਟਾਈਮ ਪਹਿਲਾਂ ਮੈਰਿਜ ਹੋਈ ਇਹਦੀ, ਜਾਂ ਕੈਮਰੇ ਚੈੱਕ ਕਰਾਂਗੇ ਫਿਰ ਪਤਾ ਲੱਗੇਗਾ ਕਿਹੜਾ। ਉਹਦੀ ਉਮਰ 29-30 ਸਾਲ ਸੀ ਤੇ ਉਹ ਦੁੱਧ ਲੈ ਕੇ ਬਾਜ਼ਾਰ ਜਾ ਰਿਹਾ ਸੀ, ਪਿੱਛੋਂ ਕੋਈ ਟਰਾਲਾ ਵਿੱਚ ਵੱਜਿਆ ਸਾਈਡ ਦਾ ਤੇ ਉੱਤੋਂ ਦੀ ਲਗਾ ਕੇ ਉਹ ਲੈ ਗਿਆ ਤੇ ਨਾਲ ਹੀ ਉਹਦੀ ਡੈਥ ਹੋ ਗਈ। ਭਰਾ ਸੀ ਮੇਰਾ, ਚਾਚੇ ਦਾ ਮੁੰਡਾ। ਪਰਿਵਾਰ ਦੇ ਚੋਰ ਕੌਣ ਕੌਣ ਹੈ ਜੀ? ਪਰਿਵਾਰ 'ਚ ਇੱਕ ਭਰਾ ਹੈ ਛੋਟਾ, ਸ਼ਾਦੀ ਹੁੰਦੀ ਹੋਈ ਹੈ, 100 ਸਾਲ ਹੋਇਆ ਸ਼ਾਦੀ ਹੋਈ ਨੂੰ, ਇੱਕ ਮਾਤਾ ਵੀ, ਹਾਂ ਉਹਦੀ ਸ਼ਾਦੀ ਹੋਈ ਹੈ, 100 ਸਾਲ ਹੋਇਆ ਉਹਨੂੰ, ਅਤੇ ਛੋਟਾ ਭਰਾ ਹੈ, ਇੱਕ ਮਾਤਾ ਜੀ ਹੈ। ਪਿਤਾ ਜੀ ਦੀ ਡੈਥ ਕਾਫੀ ਟਾਈਮ ਪਹਿਲਾਂ ਹੋ ਗਈ, ਮਤਲਬ
ਜਦੋਂ ਛੋਟਾ ਸੀ ਉਦੋਂ ਹੀ ਲੈਤੋ ਜੀ ਪਿਤਾ ਜੀ ਉਹਦੇ ਘਰ ਦੀ ਜ਼ਿੰਮੇਵਾਰੀ ਸਾਰੀ ਇਹਦੇ 'ਤੇ ਸੀ ਇੱਕ ਮਾੜੀ ਗੱਲ ਬੀਤੀ ਹੈ ਜੀ ਕਿਉਂ ਜ਼ਿੰਮੇਵਾਰ ਬੰਦਾ ਸੀ ਜੀ ਉਹਦੇ 'ਤੇ ਸਾਰਾ ਰੂਟੀਨ ਚੱਲ ਰਿਹਾ ਸੀ ਜਿਵੇਂ ਅਤੇ ਹੁਣ ਬਹੁਤ ਮਾੜੀ ਗੱਲ ਹੋਈ ਹੈ ਸਾਡੇ ਨਾਲ ਘਰੋਂ ਸੁਬਹਾ ਰੂਟੀਨ 'ਚ ਜਿਵੇਂ ਦੁੱਧ ਲੈ ਕੇ ਜਾਂਦਾ ਉਹ 9 ਵਜੇ ਦੇ ਕਰੀਬ ਨਿਕਲਿਆ ਉਹ ਘਰੋਂ ਅਤੇ 9:15 ਦੇ ਕਰੀਬ ਪੁਲ 'ਤੇ ਪਹੁੰਚਿਆ ਅਤੇ ਉਹ ਹਾਦਸਾ ਵਾਪਰ ਗਿਆ ਉਦੋਂ ਤੇ ਕਿੱਥੇ ਲਿਆਉਣ ਦਾ ਕਹਿ ਕੇ ਗਿਆ ਸੀ ਹਬੋਰ ਜਾਂਦਾ ਜੀ ਸ਼ਹਿਰ 'ਚ ਦੁੱਧ ਲੈ ਕੇ ਜਾਂਦਾ ਰੂਟੀਨ 'ਚ ਕਰ ਲੱਗੇ ਹੋਏ ਹਾਂਜੀ ਕੀ ਨਾਂ ਸੀਗਾ ਮੁੰਡੇ ਦਾ ਸੁੰਦਰ ਕੁਮਾਰ ਹੈ ਜੀ ਮੇਰਾ ਨਾਂ